यूक्रेन ਅਤੇ ਰੂਸ ਵਿਚਕਾਰ ਛਿੜੀ ਜੰਗ ਕਾਰਨ ਵਿਗੜੇ ਹਾਲਾਤਾਂ ਤੋਂ ਬਾਅਦ ਉੱਥੋਂ ਵਾਪਸ ਪਰਤੀ ਫਰੀਦਕੋਟ ਦੀ ਲੜਕੀ ਜਤਿੰਦਰਜੀਤ ਕੌਰ ਜੋ ਉੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਉਸਨੇ ਉੱਥੋਂ ਦੇ ਬਦਤਰ ਹੁੰਦੇ ਜਾ ਰਹੇ ਹਾਲਾਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਉੱਥੋਂ ਦੇ ਹਾਲਾਤ ਖਰਾਬ ਹੋਣ ਤੋਂ ਬਾਅਦ 2 ਦਿਨ ਪਹਿਲਾਂ ਹੀ ਭਾਰਤ ਸੁਰੱਖਿਅਤ ਪਰਤੀ ਹੈ ਪਰ ਉਹ ਲਗਾਤਾਰ ਆਪਣੇ ਸਾਥੀਆਂ ਦੇ ਸੰਪਰਕ 'ਚ ਹੈ ਜੋ ਉੱਥੇ ਹਾਲੇ ਤੱਕ ਫਸੇ ਹੋਏ ਹਨ उसने दसिया कि यूक्रेन हालात इन्ने बदतर हो चुके हैं कि बच्चों मैट्रो स्टेशन से आसरा लेना पै रहा है जिन्हों खाण पीण आदि तो मुश्किल आ रही है और कैश भी नहीं निकल पा रहा उन्होंने भारत सरकार तो गुहार लाई है कि जल्द ही यूक्रेन फसे भारतीयों सुरक्षित वापस उन्होंने परिवार को लिया जाए मेरा नाम है जतिंदरजीत कौर गिल मैं स्टडी कर रही हूँ खारकिव नैशनल मेडिकल यूनिवर्सिटी ਬੇਟਾ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮਾਹੌਲ ਜਦੋਂ ਖਰਾਬ ਹੋ ਰਿਹਾ ਤਾਂ ਫਿਰ ਕਿਸ ਤਰ੍ਹਾਂ ਤੁਸੀਂ ਉੱਥੋਂ ਮੂਵ ਆਊਟ ਕੀਤਾ ਸਰ ਨਿਊਜ਼ ਤੇ ਕਾਫੀ ਟਾਈਮ ਦੀ ਆ ਰਹੀ ਹੈ ਕਿ ਬਾਰਡਰਸ ਤੇ ਜਿਆਦਾ ਟੈਨਸ਼ਨ ਵੱਧ ਰਹੀ ਆ ਪਰ ਸਾਨੂੰ ਇਦਾਂ ਸੀਗਾ ਕਿ ਸਿਟੀਜ਼ ਵਗੈਰਾ ਨਾਰਮਲ ਚੱਲ ਰਹੀਆਂ ਸੀ ਸਾਡੀਆਂ ਤੇ ਕਲਾਸਿਸ ਵੀ ਨਾਰਮਲ ਚੱਲ ਰਹੀਆਂ ਸੀ ਪਰ ਫਿਰ ਘਰੋਂ ਫੋਨ ਵਗੈਰਾ ਕਾਫੀ ਆਉਂਦੇ ਸੀ ਟੈਨਸ਼ਨ ਕਰਕੇ ਕਿ ਇਦਾਂ ਦੀ ਨਿਊਜ਼ ਆ ਰਹੀ ਹੈ ਫਿਰ ਮੈਂ ਸੋਚਿਆ ਚਲੋ ਮੈਂ ਕਰਵਾ ਲੈਂਦੀ ਹਾਂ ਟਿਕਟ ਤੇ ਆ ਜਾਂਦੇ ਹਾਂ ਵਾਪਸ ਕਿੰਨੀ ਤਰੀਕ ਨੂੰ ਤੁਸੀਂ ਟਿਕਟ ਕਰਵਾਈ ਸੀ ਔਰ ਇੱਥੇ ਕਦੋਂ ਪਹੁੰਚੇ ਮੈਂ ਟਿਕਟ ਕਰਵਾਈ 18 February ਨੂੰ ਤੇ ਮੇਰੀ ਟਿਕਟ ਸੀ 20 February ਦੀ ਤੇ ਮੈਂ 21 February ਨੂੰ ਇੱਥੇ ਪਹੁੰਚੀ ਹਾਂ ਘਰੇ ਤੇ ਤੁਹਾਡੇ ਨਾਲ ਹੋਰ ਬੱਚੇ ਵੀ ਹੋਣਗੇ ਉਹ ਕਿਸ ਤਰ੍ਹਾਂ ਦਾ ਮਾਹੌਲ ਤੁਹਾਡੀ ਹੁਣ ਗੱਲਬਾਤ ਹੁੰਦੀ ਹੈ ਉਹਨਾਂ ਨਾਲ ਜਾਂ ਕੋਈ ਉਹਨਾਂ ਨਾਲ ਕੋਈ ਰਾਬਤਾ ਕਾਇਮ ਕੀਤਾ ਤੁਸੀਂ ਹਾਂਜੀ ਗੱਲਬਾਤ ਤਾਂ ਮੇਰੀ ਹੋ ਰਹੀ ਹੈ ਗਰੁੱਪ ਮੇਟਸ ਨਾਲ ਕਾਫੀ ਬੱਚੇ ਆ ਤੇ ਉਹਨਾਂ ਨੂੰ ਉਦਾਂ ਐਡਵਾਈਜ਼ਰੀ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਮੈਟਰੋ ਸਟੇਸ਼ਨਸ ਦੇ ਵਿੱਚ ਜਾ ਕੇ ਬੈਠੋ ਜੋ ਅੰਡਰਗਰਾਊਂਡ ਆ ਕਿ ਉੱਥੇ ਸੇਫ ਪਲੇਸਿਸ ਆ ਅਤੇ ਜਾਂ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਜੇ ਜੋ ਬੱਚੇ ਹੋਸਟਲਸ 'ਚ ਰਹਿ ਰਹੇ ਆ ਉਹਨਾਂ ਨੂੰ ਕਿਹਾ ਵੀ ਹੋਸਟਲਸ 'ਚ ਹੀ ਰਹੋ ਅਤੇ ਉੱਥੇ ਨੇੜੇ ਹੋਸਟਲ ਦੇ ਮੈਸ ਆ ਅਤੇ ਉਹ ਖਾਣਾ ਪੀਣਾ ਫਿਰ ਉਹਨਾਂ ਦਾ ਉੱਥੋਂ ਹੀ ਚੱਲ ਰਿਹਾ ਅਤੇ ਪਰ ਜੋ ਮੈਟਰੋ ਸਟੇਸ਼ਨਸ 'ਤੇ ਬੱਚੇ ਆ ਉਹਨਾਂ ਦਾ ਥੋੜ੍ਹਾ ਕੰਮ ਔਖਾ ਜਿਸ ਤਰ੍ਹਾਂ ਕਿ ਬੱਚੇ ਕੋਲ ਹੁਣ ਕੋਈ ਆਪਸ਼ਨ ਨਹੀਂ ਹੈ ਵਾਪਸ ਆਉਣ ਦਾ ਕਿਉਂਕਿ ਬੰਬਾਰੀ ਹੋਣ ਤੋਂ ਬਾਅਦ ਕਾਫੀ ਜਿਹੜੇ ਏਅਰ ਸੀਗੀਆਂ ਉਹ ਵੀ ਰੱਦ ਕਰ ਦਿੱਤੀਆਂ ਮਤਲਬ ਏਅਰ ਫਲਾਈਟਸ ਵੀ ਰੱਦ ਕਰ ਦਿੱਤੀਆਂ ਤਾਂ ਹੁਣ ਗੌਰਮੈਂਟ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੋਗੇ ਕਿ ਉਹਨਾਂ ਬੱਚਿਆਂ ਨੂੰ ਵਾਪਸ ਅਸੀਂ ਇੱਥੇ ਲਿਆ ਸਕੀਏ ਅਪੀਲ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਕੀ ਪੋਸੀਬਲ ਮੈਜਰਸ ਲੈ ਸਕਦੇ ਆ ਉਹ ਕਿ ਉਹਨਾਂ ਨੂੰ ਮਤਲਬ ਕੱਢਣਾ ਤਾਂ ਚਾਹੀਦਾ ਬਾਹਰ ਉਹਨਾਂ ਨੂੰ ਜੋ ਉਹਨਾਂ ਦੇ ਨੇੜੇ ਬਾਰਡਰਸ ਆ ਉਹਨਾਂ ਦੀ ਅੰਬੈਸੀ ਨੇ ਉਹਨਾਂ ਨੂੰ ਕੰਟੈਕਟ ਕੀਤਾ ਕਿ ਹੰਗਰੀ ਜਾਂ ਪੋਲੈਂਡ ਵਗੈਰਾ ਅਤੇ ਬਟ ਉਹ ਜਿਹੜੇ ਨੇੜੇ ਸਿਟੀਜ਼ ਆ ਉਹ ਵਾਲੇ ਬਾਰਡਰਸ ਦੇ ਉਹਨਾਂ ਨੂੰ ਉੱਥੋਂ ਕੱਢਿਆ ਜਾ ਸਕਦਾ ਪਰ ਜੋ ਜਿੱਦਾਂ ਖਾਰਕੀ ਵਾ ਉਹ ਕਾਫੀ ਦੂਰ ਆ ਵਾਲੇ ਬਾਰਡਰਸ ਤੋਂ ਹੁਣ ਉਹਨਾਂ ਨੂੰ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਕਿ ਕਿੱਦਾਂ ਪੋਸੀਬਲ ਆ ਉਹਨਾਂ ਨੂੰ ਉੱਥੋਂ ਕੱਢਣਾ ਕਿਉਂਕਿ ਟਰਾਂਸਪੋਰਟ ਵਗੈਰਾ ਕੁਛ ਨਹੀਂ ਚੱਲ ਰਿਹਾ ਉੱਥੇ ਹਾਲਾਤ ਕਿੱਦਾਂ ਦੇ ਜੇ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਥੋੜ੍ਹੇ ਦਿਨ ਪਹਿਲਾਂ ਜਾਂ ਕਿਸ ਤਰ੍ਹਾਂ ਹਾਲਾਤ ਤਾਂ ਉਹਨਾਂ ਨੇ ਇੱਦਾਂ ਹੀ ਦੱਸਿਆ ਸੀਗਾ ਕਿ ਮਤਲਬ ਸ਼ੈਲਿੰਗ ਕਾਫੀ ਹੋ ਰਹੀ ਸੀ ਇੱਕ ਟਾਈਮ 'ਤੇ ਫਿਰ ਉਸ ਤੋਂ ਬਾਅਦ ਥੋੜ੍ਹਾ ਟਾਈਮ ਮਤਲਬ ਬੰਦ ਹੋ ਗਈ ਆ ਸ਼ੈਲਿੰਗ ਪਰ ਇੱਦਾਂ ਹਾਲਾਤ ਕਾਫੀ ਖਰਾਬ ਹੈ ਉੱਥੋਂ ਦੇ ਸਿਵਿਲੀਅਨਸ ਆ ਉਹ ਵੀ ਮਤਲਬ ਉੱਥੇ ਹੀ ਆ ਮੈਟਰੋ ਸਟੇਸ਼ਨਸ ਵਗੈਰਾ 'ਤੇ ਆ ਸਭ ਆਪਣਾ ਜੋ ਵੀ ਉਹਨਾਂ ਨੂੰ ਮਿਲਦਾ ਸਮਾਨ ਵਗੈਰਾ ਉਹ ਚੱਕ ਕੇ ਸਭ ਉੱਥੇ ਹੀ ਨੇ ਬਿਊਰੋ ਰਿਪੋਰਟ ਪੰਜ ਪਾਣੀ ਟੀਵੀ ਫਰੀਦਕੋਟ ਜੁੜੇ ਰਹੋ ਸਾਡੇ ਪੇਜ ਪੰਜ ਪਾਣੀ ਟੀਵੀ ਦੇ ਨਾਲ ਜੇਕਰ ਤੁਸੀਂ ਸਾਡਾ ਪੇਜ ਹਜੇ ਤੱਕ ਲਾਈਕ ਨਹੀਂ ਕੀਤਾ ਹੈ ਤਾਂ ਇਹਨੂੰ ਲਾਈਕ ਜ਼ਰੂਰ ਕਰੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਈਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ।